commento. किसान मजदूर एकता जिंदाबाद, किसान मजदूर एकता जिंदाबाद, नरेंद्र मोदी मुर्दाबाद, नरेंद्र मोदी मुर्दाबाद, किसान एकता जिंदाबाद। जेडे काले कानून पास किए सी बीजेपी दी सेंटर सरकार ने, अज कल्ला पंजाब नहीं, कल्ला हिंदुस्तान नहीं, कुल दुनिया तो उस गल दा विरोध हो रहा। उस विरोध नूं जताउण वास्ते, अपने किसानां दे हक विच खड़न वास्ते अज यूथ कांग्रेस ने यह रोस मार्च जिहड़ा कढ़िया। और मैं समझदा कि जिहड़े बॉर्डर दे उत्ते बैठे साडे लोक, उहनां नूं हौसला देण वास्ते सानूं हर शहर, हर गली, हर महल्ले च उहनां दा साथ देण लई इस तरीके नाल अग्गे आउणा चाहीदा, तां कि उत्थे बैठे लोक मोटीवेटड रहन, उहनां नूं लगदा रहे कि पिछे जिहड़े साडे लोक बैठे आ ਉਹ ਸਾਡੇ ਨਾਲ ਹੈਗੇ ਆ। ਕੇਂਦਰ ਨਾਲ ਅੱਜ ਮੀਟਿੰਗ ਵੀ ਹੋਈ ਆ ਸਰ, ਲੱਗਦਾ ਕਿ ਦੂਜੇ ਗੇੜ ਦੀ ਅਗਲੀ ਮੀਟਿੰਗ 'ਚ ਕੋਈ ਹੱਲ ਨਿਕਲ ਪਾਊਗਾ ਜੀ? ਮੈਨੂੰ ਨਾ ਦੂਜੇ ਦੀ 'ਚ ਨਾ ਤੀਜੇ ਗੇੜ ਦੀ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲਦਾ ਨਹੀਂ ਲੱਗਦਾ, ਕਿਉਂਕਿ ਕਹਿ ਕੇ ਇਸ ਗੱਲ ਨੂੰ ਕਿ ਮੋਦੀ ਸਾਹਿਬ ਇੱਕ ਵਾਰੀ ਜਿਹੜਾ ਫੈਸਲਾ ਕਰ ਲੈਂਦੇ ਵਾਪਸ ਨਹੀਂ ਲੈਂਦੇ, ਉਹ ਇੰਨਾ ਕੁ ਜ਼ਿਆਦਾ ਪੱਕਾ ਕਰ ਦਿੱਤਾ। ਮੋਦੀ ਸਾਹਿਬ ਇੱਕ ਆਪਣੀ ਜਿਹੜੀ ਵੱਡਿਆਂ ਘਰਾਂ ਦੇ ਨਾਲ ਭਾਈਵਾਲੀ ਆ, ਉਹਨੂੰ ਤੋੜਨ ਦਾ ਜ਼ੁਰਤ ਨਹੀਂ ਕਰ ਰਹੇ। ਸੋ ਪਤਾ ਨਹੀਂ ਅੱਜ ਦੁਨੀਆ ਦੇ ਵਿੱਚ ਅਰਥਚਾਰੇ ਦਾ ਜੋ ਹਾਲ ਹੋਇਆ ਪਿਆ, ਔਰ ਹਿੰਦੁਸਤਾਨ ਦੀ ਅਰਥਚਾਰੇ ਨੂੰ ਜਿੱਥੇ ਉਹ ਲੈ ਕੇ ਚਲੇ ਗਏ ਆ, ਉੱਥੇ ਉਹੀ ਦੋ ਤਿੰਨ ਪਰਿਵਾਰ ਹੀ ਹੈਗੇ ਆ ਜਿਨ੍ਹਾਂ ਕੋਲ ਪੈਸੇ ਰਹਿ ਜਾਣੇ, ਬਾਕੀ ਸਾਰਾ ਹਿੰਦੁਸਤਾਨ ਕੰਗਾਲੀ ਦੀ ਕਗਾਰ 'ਤੇ ਆਇਆ ਖੜ੍ਹਾ। ਔਰ ਜਿਸ ਤਰ੍ਹਾਂ ਉਹਨਾਂ ਨੇ ਕਰੋਨਾ ਦੇ ਦਿਨਾਂ ਦੇ ਵਿੱਚ ਵੱਡੇ ਘਰਾਂ ਨੇ ਇੱਕ ਚੀਜ਼ ਮਹਿਸੂਸ ਕੀਤੀ ਕਿ ਬਾਕੀ ਸਾਰਾ ਕੁਝ ਬੰਦ ਹੋ ਸਕਦਾ, ਅਨਾਜ ਜਿਹੜਾ ਉਹ ਨਹੀਂ ਬੰਦ ਹੋ ਸਕਦਾ, ਅਤੇ ਉਹਨਾਂ ਦੀ ਜਿਹੜੀ ਮਾੜੀ ਨਿਗਾਹ ਸੀਗੀ ਉਹ ਕਿਸਾਨਾਂ ਦੀ ਜ਼ਮੀਨ 'ਤੇ ਵੀ ਪੈ ਗਈ। ਹੁਣ ਜੇ ਮੋਦੀ ਸਾਹਿਬ ਚਾਹੁਣ ਵੀ, ਉਹਨਾਂ ਦੀ ਸਰਕਾਰ ਚਾਹਵੇ ਵੀ, ਤਾਂ ਉਹ ਵੱਡੇ ਘਰਾਣੇ ਉਹਨਾਂ ਨੂੰ ਵਾਪਸ ਨਹੀਂ ਲੈਣ ਦਿੰਦੇ ਆਪਣੇ ਕਾਨੂੰਨ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਜਿਹੜਾ ਯੂਥ ਕਾਂਗਰਸ ਜ਼ਿਲ੍ਹਾ ਮੋਗਾ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਅਤੇ ਮੋਦੀ ਸਰਕਾਰ ਦੇ ਵਿਰੋਧ ਦੇ ਵਿੱਚ ਮਿਸ਼ਾਲ ਮਾਰਚ ਕੀਤਾ ਜਾ ਰਿਹਾ, ਕੇਂਦਰ ਦੀ ਸੁੱਤੀ ਅਤੇ ਬੋਲੀ ਸਰਕਾਰ ਨੂੰ ਮਿਸ਼ਾਲਾਂ ਜਗਾ ਕੇ ਅਸੀਂ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਕਰੀਬਨ ਇੱਕ ਮਹੀਨੇ ਤੋਂ ਉੱਪਰ, ਅੱਜ 35 ਦਿਨ ਹੋ ਗਏ ਨੇ, ਕਿਸਾਨ ਆਪਦੇ ਹੱਕਾਂ ਦੀ, ਆਪਣੀਆਂ ਮੰਗਾਂ ਲਈ ਦਿੱਲੀ ਦੇ ਵਿੱਚ ਧਰਨੇ 'ਤੇ ਬੈਠੇ ਹੋਏ ਹਨ, ਅਤੇ ਕੇਂਦਰ ਸਰਕਾਰ ਆਪਣਾ ਅੜੀਅਲ ਰਵੱਈਆ ਬਰਕਰਾਰ ਰੱਖੀ ਬੈਠੀ ਹੈ। ਅਸੀਂ ਉਸ ਦਾ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਅਤੇ ਵਿਰੋਧ ਕਰਦੇ ਹਾਂ। ਕਿਸਾਨਾਂ ਨੂੰ ਉਹਨਾਂ ਦੇ ਬਣਦੇ ਹੱਕ ਮਿਲਣੇ ਚਾਹੀਦੇ ਹਨ, ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ ਅਤੇ ਉਹਨਾਂ ਤੱਕ ਆਵਾਜ਼ ਤੁਹਾਡੇ ਮਾਧਿਅਮ ਰਾਹੀਂ ਆਵਾਜ਼ ਪਹੁੰਚਾਉਣਾ ਚਾਹੁੰਦੇ ਹਾਂ ਕਿ ਅਸੀਂ ਵੀ ਉਹਨਾਂ ਦੇ ਨਾਲ ਹਾਂ। ਯੂਥ ਕਾਂਗਰਸ ਅੱਜ ਉਹਨਾਂ ਦੀ ਪੁਰਜ਼ੋਰ ਹਮਾਇਤ ਕਰਦੀ ਹੈ। ਇਹ ਜਿਹੜਾ ਵਿਸ਼ਾਲ ਮਾਰਚ ਹੈ, ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਕੱਢ ਰਹੇ ਹਾਂ। ਅੱਜ ਮੀਟਿੰਗ ਵੀ ਹੋਈ ਹੈ, ਲੱਗਦਾ ਕੋਈ ਅਗਲੇ ਗੇੜ ਦੀ ਮੀਟਿੰਗ 'ਚ ਕੋਈ ਹੱਲ ਨਿਕਲ ਪਾਉਣਗੇ? ਇਹ ਜੀ, ਵੈਸੇ ਤਾਂ ਪਰਮਾਤਮਾ ਸਮੱਤ ਬਖਸ਼ੇ ਬੀਜੇਪੀ ਵਾਲਿਆਂ ਨੂੰ ਕਿ ਇਸ ਚੀਜ਼ ਦਾ ਜਲਦੀ ਹੱਲ ਨਿਕਲ ਜੇ, ਪਰ ਜੋ ਹਜੇ ਤੱਕ ਖਬਰਾਂ 'ਚ ਸੁਣਨ ਦੇ ਮੁਤਾਬਿਕ ਆ ਰਿਹਾ, ਉਹ ਇਸ ਚੀਜ਼ ਨੂੰ ਭੰਬਲ ਭੂਸੇ 'ਚ ਪਾ ਰਹੇ ਨੇ। ਜਿਵੇਂ ਕਿ ਆਪਾਂ ਇੱਕ ਕਹਿ ਦਿੰਦੇ ਹਾਂ ਕਿ ਮਿੱਠੀਆਂ ਗੋਲੀਆਂ ਦੇ ਰਹੇ ਨੇ, ਮੀਟਿੰਗਾਂ ਕਈ ਵਾਰ ਹੋਈਆਂ ਨੇ, ਪਰ ਕਿਸਾਨ ਜਥੇਬੰਦੀਆਂ ਵੱਲੋਂ ਹਾਲੇ ਤੱਕ ਕੋਈ ਵੀ ਪੁਖਤਾ ਬਿਆਨ ਨਹੀਂ ਆਇਆ ਕਿ ਉਹ ਇਸ ਗੱਲ ਨੂੰ ਮੰਨ ਰਹੇ ਨੇ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਰੱਦ ਹੋਣਗੇ ਤਾਂ ਅਸੀਂ ਉੱਠਾਂਗੇ, ਪਰ ਉਹ ਰੱਦ ਕਰਨ 'ਤੇ ਮੰਨਦੇ ਨਹੀਂ। ਜਿਹੜੀ ਬੀਜੇਪੀ ਸਰਕਾਰ ਹੈ ਉਹ ਅਮੈਂਡਮੈਂਟ ਦੀ ਗੱਲ ਕਰ ਰਹੀ ਹੈ, ਸੋ ਸਾਨੂੰ ਵੀ ਇਹ ਬਰਦਾਸ਼ਤ ਨਹੀਂ ਹੈ, ਨਾ ਸਾਨੂੰ ਇਹ ਮਨਜ਼ੂਰ ਹੈ। ਅਸੀਂ ਕਿਸਾਨ ਜਿਹੜੇ ਬਿੱਲ ਇਹਨਾਂ ਨੇ ਪਾਸ ਕੀਤੇ ਨੇ, ਕਿਸਾਨ ਵਿਰੋਧੀ ਬਿੱਲ, ਉਹਨਾਂ ਨੂੰ ਰੱਦ ਕਰਾਉਣ ਦੇ ਹੱਕ ਦੇ ਵਿੱਚ ਹਾਂ।